ਸੰਧੂ ਸਾਹਿਬ ਹਾਂਜੀ ਹਾਂਜੀ ਕੀ ਕਰਦੇ ਹੋ? ਬਸ ਮੈਂ ਫਿਰਦੀ ਤੀ ਆਹੀ ਕੰਮ ਕਰਦੀ ਆਪਣਾ, ਚੀਜ਼ਾਂ ਚੂਜ਼ਾਂ ਜੀ ਸੈੱਟ ਕਰੀਆਂ ਸਾਰੀਆਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ। ਬਸ ਜਨਾਨੀਆਂ ਦੇ ਕਾਹਦੇ ਕੰਮ ਹੁੰਦੇ ਆ, ਘਰ ਦੇ ਕੰਮ ਹੁੰਦੇ ਆ ਜੀ। ਸਵੇਰ ਟਾਈਮ ਤੁਹਾਨੂੰ ਪਤਾ ਹੀ ਆ, ਚੱਕ ਥੱਲ, ਕਦੇ ਉੱਧਰ ਕਦੇ ਉੱਧਰ ਬੱਚੇ ਸਿੱਟ ਜਾਂਦੇ ਨੇ, ਤਾਂ ਕਰਕੇ ਫਿਰਦੀ ਤੀ ਕੰਮ ਗਏ ਆਪਣੇ ਨਿਬੜ। ਬਾਕੀ ਹੁਣ ਤੁਹਾਨੂੰ ਚਾਹ ਦੀ ਕੁੱਟ ਬਣਾ ਦਾ? ਬਣਾ ਲਓ ਚਾਹ ਬਣਾ ਲਓ। ਠੀਕ ਹੈ, ਬਣਾਉਂਦੇ ਹਾਂ। ਦੇਖੋ ਅੱਜ ਆਪਾਂ ਨੇ ਨਾ ਇੱਕ ਗੱਲਬਾਤ ਕਰਨੀ ਆ, ਮੈਂ ਤੇ ਇਹ ਗੱਲ ਕਰੇ ਬਿਨਾਂ ਰਹਿ ਨਹੀਂ ਹੋਇਆ। ਕਿਹੜੀ ਇਹੋ ਜਿਹੀ ਗੱਲਬਾਤ? ਸਰਦਾਰ ਜੀ ਬਸ ਕੱਲ੍ਹ ਦਾ ਮਨ ਬਹੁਤ ਦੁਖੀ ਆ, ਮੈਂ ਅੱਜ ਗੱਲਬਾਤ ਕਰਨ 'ਤੇ ਮਜਬੂਰ ਆਏ ਹੋਈ ਹੋਈ ਹਾਂ। ਮੈਨੂੰ ਨਾ, ਮੈਂ ਤੁਹਾਨੂੰ ਦੱਸਦੀ ਹਾਂ ਵੀ ਮੈਂ ਇਹ ਕਹਿੰਦੀ ਹੁੰਦੀ ਹਾਂ ਵੀ ਸੱਚੇ ਪਾਤਸ਼ਾਹ ਸਾਰਿਆਂ ਭੈਣ ਭਾਈਆਂ ਦੀ ਤੰਦਰੁਸਤੀ ਬਖਸ਼ੀ, ਤੋਂ ਸਭ ਹੱਸਦੇ ਵੱਸਦੇ ਰਹਿਣ ਆਪਣੇ ਆਪ ਪਰਿਵਾਰਾਂ 'ਚ, ਆਪਣੇ ਬੱਚਿਆਂ 'ਚ। ਉੱਤੋਂ ਤਿਉਹਾਰ ਦੇ ਦਿਨ ਆਉਂਦੇ ਨੇ, ਜਦੋਂ ਕੋਈ ਇੱਦਾਂ ਦਾ ਕਹਿੰਦੇ ਹੁੰਦੇ, ਜਦੋਂ ਕੋਈ ਇੱਦਾਂ ਦੀ ਮਾੜੀ ਘੜੀ ਆ ਜਾਂਦੀ ਆ, ਸਾਡਾ ਕੋਈ ਭੈਣ ਭਾਈ ਸਾਡੇ ਕੋਲੋਂ ਵਿਛੜ ਕੇ ਚਲੇ ਜਾਂਦਾ, ਬੜਾ ਦੁੱਖ ਲੱਗਦਾ। ਜਿਹੜੇ ਪਿਛਲੇ ਜ਼ਖਮ ਹੁੰਦੇ ਆ ਜ਼ਿੰਦਗੀ ਦੇ, ਉਹ ਵੀ ਹਰੇ ਹੋ ਜਾਂਦੇ ਨੇ। ਆਪਾਂ ਉਹਨਾਂ ਦੁੱਖਾਂ ਨੂੰ ਭੁਲਾ ਕੇ ਕਿਤੇ ਨਾ ਕਿਤੇ, ਚਲੋ ਦੁੱਖ ਕਦੇ ਭੁੱਲਦੇ ਤਾਂ ਹੁੰਦੇ ਨਹੀਂ, ਪਰ ਫਿਰ ਵੀ ਆਪਾਂ ਕਹਿੰਦੇ ਹੁੰਦੇ ਨੇ ਵੀ 24 ਘੰਟੇ ਆਪਾਂ ਜੇ ਇਹਨਾਂ ਗਮਾਂ 'ਚ ਡੁੱਬੇ ਰਹੀਏ ਫਿਰ ਆਪਣੀ ਜ਼ਿੰਦਗੀ ਨਹੀਂ ਚੱਲਦੀ, ਘਰ ਪਰਿਵਾਰ ਨਹੀਂ ਚੱਲਦਾ, ਹੈ ਨਾ ਜੀ। ਅੱਜ ਕੱਲ੍ਹ ਤੁਹਾਨੂੰ ਪਤਾ ਵੀ ਜੇ ਆਪਾਂ ਬਹੁਤਾ ਦਿਮਾਗ 'ਤੇ ਟੈਨਸ਼ਨ ਲੈਂਦੇ ਹਾਂ ਜਾਂ ਇੱਕੋ ਗੱਲ ਨੂੰ ਦਿਮਾਗ 'ਤੇ ਲੈਂਦੇ ਹਾਂ, ਫਿਰ ਬਿਮਾਰੀਆਂ ਵੀ 36 ਤਰ੍ਹਾਂ ਦੀਆਂ ਆਪਾਂ ਨੂੰ ਲੱਗ ਜਾਂਦੀਆਂ। ਪਰ ਪਤਾ ਨਹੀਂ ਕਿਉਂ ਥੋੜ੍ਹੇ ਕੁ ਚਿਰ ਬਾਅਦ ਕੋਈ ਨਾ ਕੋਈ ਇੱਦਾਂ ਦਾ ਅੱਖਾਂ ਮੂਹਰੇ ਦਰਦਨਾਕ ਹਾਦਸਾ ਹੋ ਜਾਂਦਾ, ਫਿਰ ਉਹ ਸਾਰੇ ਜ਼ਖਮ ਫਿਰ ਹਰੇ ਹੋ ਜਾਂਦੇ ਨੇ। ਕੱਲ੍ਹ ਦੀ ਉਹ ਗੱਲ ਕਰਦੇ ਹਾਂ ਜੀ। ਕੱਲ੍ਹ ਸਾਡੇ ਪਿੰਡੇ ਸਾਡਾ ਵੀਰ ਸੀ, ਸਾਡਾ ਹੀ ਹਾਣ ਪ੍ਰਮਾਣ ਸੀਗਾ ਬਈ, ਇੱਦਾਂ ਹੀ ਉਹਨਾਂ ਨੂੰ ਥੋੜ੍ਹੀ ਜਿਹੀ ਪ੍ਰੋਬਲਮ ਸੀਗੀ, ਜਿੱਦਾਂ ਪਤਾ ਲੱਗਿਆ ਪਰਿਵਾਰ ਤੋਂ ਬਈ ਆਪਣਾ ਉਹਨਾਂ ਦਾ ਬਲੱਡ ਪ੍ਰੈਸ਼ਰ ਬਹੁਤ ਹਾਈ ਹੋ ਜਾਂਦਾ ਸੀ, ਬਈ ਖੂਨ ਗਾੜਾ ਸੀਗਾ। ਅਤੇ ਫਿਰ ਹਮੇਂ ਤੁਮੇ ਬਹੁਤ ਨੇ ਵੀਰੇ ਨੂੰ ਕਿਹਾ, ਵੀਰਾ ਮਿਹਨਤੀ ਬਹੁਤ ਸੀ, ਦਿਨ ਰਾਤ ਮਿਹਨਤ ਕਰਨੀ ਹੈ, ਹੈ ਨਾ। ਬਿਜਲੀ ਦਾ ਕੰਮ ਕਰਦਾ ਸੀ ਵੀਰਾ, ਬਹੁਤ ਹੱਥੀਂ ਕਿਰਤ ਕਰਨ ਵਾਲਾ ਇਨਸਾਨ ਸੀਗਾ। ਜਿੱਧਰ ਨੂੰ ਵੀ ਜਾਣਾ, ਜੇ ਕਿਤੇ ਗੁਰੂ ਘਰ ਨੂੰ ਗਏ ਹਾਂ, ਕਿਧਰੇ ਨੂੰ ਗਏ ਹਾਂ, ਤਾਂ ਵੀਰੇ ਨੇ ਕਦੇ ਸਾਈਕਲ 'ਤੇ, ਹੈ ਨਾ, ਬਿਜਲੀ ਵਾਲਾ ਝੋਲਾ ਟੰਗਿਆ ਹੋਇਆ, ਕਦੇ ਮੋਟਰਸਾਈਕਲ 'ਤੇ, ਜਾਣੀ ਟੱਕਰਦੇ ਰਹਿਣਾ, ਹੈ ਨਾ। ਸੱਤ ਕੁ ਸੱਤ ਹੁੰਦੀ ਰਹਿੰਦੀ ਸੀ ਬਈ, ਜਦੋਂ ਉਹੀ ਸਾਡਾ ਭੈਣ ਭਾਈ ਸਾਡੇ ਕੋਲੋਂ ਵਿਛੜ ਕੇ ਚਲੇ ਜਾਂਦਾ, ਪਿੱਛੇ ਭੈਣ ਸਾਡੀ, ਉਹਦੀ ਵੀ ਕੋਈ ਖਾਸ ਉਮਰ ਨਹੀਂ ਹੈਗੀ, ਕੀ ਹੁੰਦੀ ਹੈ 50-50 ਸਾਲ ਦੀ ਕੀ ਉਮਰ ਹੁੰਦੀ ਹੈ। ਆਪਾਂ ਆਪਣੇ ਬੱਚਿਆਂ ਦਾ ਸਾਰਾ ਅੱਗਾ ਤੱਗਾ ਕਰਕੇ, ਬੱਚਿਆਂ ਨੂੰ ਪੜ੍ਹਾ ਲਿਖਾ ਕੇ, ਆਪਾਂ ਇਹ ਉਮਰ 'ਚ ਆ ਕੇ ਥੋੜ੍ਹਾ ਜਿਹਾ ਰਿਲੈਕਸ ਹੁੰਦੇ ਹਾਂ ਵੀ ਚੱਲ ਥੋੜ੍ਹਾ ਜਿਹਾ ਸਾਨੂੰ ਜ਼ਿੰਦਗੀ ਤੋਂ ਸਾਹ ਆਇਆ, ਸਾਡੇ ਬੱਚੇ ਸੈਟਲ ਹੋ ਗਏ, ਵੀ ਚਲੋ ਬੱਚੇ ਸਾਡੇ ਪੜ੍ਹ ਲਿਖ ਗਏ, ਬੱਚੇ ਸਾਡੇ ਲਾਇਕ ਨਿਕਲ ਗਏ, ਹੈ ਨਾ, ਥੋੜ੍ਹਾ ਜਿਹਾ ਅਸੀਂ ਆਪਣੇ ਆਪ ਨੂੰ ਰਿਲੈਕਸ ਫੀਲ ਕਰਦੇ ਹਾਂ। ਪਰ ਜਦੋਂ ਸਾਰਾ ਕੁਛ ਪਰਮਾਤਮਾ ਸੈੱਟ ਕਰ ਦਿੰਦਾ, ਉਹਦੇ ਬਾਵਜੂਦ ਫਿਰ ਸਾਡਾ ਵਿਛੋੜਾ ਪੈ ਜਾਵੇ, ਇਹ ਬਰਦਾਸ਼ਤ ਨਹੀਂ ਹੁੰਦਾ, ਇਹ ਮੌਤ ਨਾਲੋਂ ਵੀ ਭੈੜਾ। ਮੈਂ ਤੁਹਾਨੂੰ ਦੱਸਦੀ ਹਾਂ ਵੀ ਜਿਹੜੇ ਇਨਸਾਨ ਦੇ ਜ਼ਿੰਦਗੀ 'ਚ ਬਹੁਤ ਦੁੱਖ ਦੇਖੇ ਹੁੰਦੇ ਆ, ਉਹ ਇਨਸਾਨ ਅੰਦਰੋਂ ਬਹੁਤ ਕਮਜ਼ੋਰ ਹੁੰਦਾ, ਭਾਵੇਂ ਬੋਲਬਾਣੀ 'ਚ ਕਿੱਡਾ ਹੀ ਨਿਡਰ ਹੋਵੇ। ਕੱਲ੍ਹ ਦਾ ਦਿਮਾਗ ਹੀ ਨਹੀਂ ਸੈੱਟ ਹੈਗਾ, ਜਿੱਦਾਂ ਉੱਥੋਂ ਆਏ ਇੰਨਾ ਲਹੂਰ, ਬੱਚਿਆਂ ਦਾ ਲਹੂਰ ਬਈ ਦੇਖ ਕੇ, ਉਹੀ ਜਿਹੜੇ ਆਪ ਦੇ ਘਰਾਂ ਦੇ ਸੀਨ 'ਤੇ ਉਹ ਖਮੂਰੇ ਆ ਗਏ। ਮੈਂ ਮੇਨ ਗੱਲ ਇਹ ਕਰਨ ਲੱਗੀ ਹਾਂ ਬਈ, ਜਿਹੜੇ ਸਾਡੇ ਜ਼ਿਆਦਾਤਰ ਵੀਰ ਨੇ, ਅਸੀਂ ਜਨਾਨੀਆਂ ਆਦਮੀਆਂ ਦੇ ਕੰਨ ਖਾ ਲੈਂਦੀ ਹਾਂ, ਮੇਰਾ ਆਹ ਦੁਖਦਾ, ਮੇਰਾ ਆਹ ਦੁਖਦਾ, ਮੈਨੂੰ ਫਲਾਣੇ ਡਾਕਟਰ ਕੋਲ ਲੈ ਜਾਓ, ਮੈਨੂੰ ਧਿਮਕੇ ਡਾਕਟਰ ਕੋਲ ਲੈ ਜਾਓ, ਔਖੇ ਲਿਜਾਣ ਸੌਖੇ ਲਿਜਾਣ, ਕੰਮ ਛੱਡ ਕੇ ਲਿਜਾਣ, ਸਾਨੂੰ ਚੱਕ ਲੈ ਜਾਂਦੇ ਨੇ, ਠੀਕ ਹੈ। ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗੀ, ਜਿਹੜੇ ਮੇਰੇ ਵੀਰ ਨੇ ਉਹ ਬਹੁਤ ਅਣਗਹਿਲੀ ਕਰਦੇ ਆ ਇਸ ਚੀਜ਼ ਦੀ, ਕਿਉਂਕਿ ਵੀਰਾਂ ਦੇ ਬਾਹਰਲੇ ਕੰਮ ਨਹੀਂ ਮੁੱਕਦੇ, ਕਬੀਲਦਾਰੀਆਂ ਅਸੀਂ ਕਹਿ ਦਿੰਦੇ ਹਾਂ ਨਾ, ਸਾਡਾ ਆਹ ਨਾ ਕੰਮ ਖਰਾਬ ਹੋ ਜਾਵੇ, ਜੇ ਮੈਂ ਅੱਜ ਚਲੇ ਗਿਆ ਦਵਾਈ ਲੈਣ ਤਾਂ ਮੇਰਾ ਆਹ ਕੰਮ ਰਹਿ ਜਾਣਾ, ਮੇਰਾ ਉਹ ਕੰਮ ਰਹਿ ਜਾਣਾ। ਮੈਂ ਇਹ ਕਹਿੰਦੀ ਹਾਂ ਵੀਰੇ, ਕੰਮ ਮਰਾਉਣਾ ਹੀ ਤੇ ਹੀ ਖੜ ਕੇ, ਤੁਹਾਡੇ ਮੂਹਰੇ ਕੰਮਾਂ ਦੀ ਕੋਈ ਵੈਲਿਊ ਨਹੀਂ ਹੈਗੀ, ਕੰਮ ਸਾਡਾ ਵੱਖਰਾ ਟੌਪਿਕ ਹੈ, ਸਾਡੀ ਜ਼ਿੰਦਗੀ ਹੈ ਜਿਹੜੀ ਉਹ ਬਹੁਤ ਬੇਸ਼ੁਮਾਰ ਕੀਮਤੀ ਹੈ।
क्योंकि जीवन साथी लई भी साडे बच्चियां लई भी साडे मापियां लई असी बहुत ही कीमती हाँ अपने परिवार च। ਵੀ ਵੀਰੇ ਨੂੰ ਕਿਹਾ ਬਹੁਤ ਵੀ ਜੇ ਤੇਰਾ ਬਲੱਡ ਪ੍ਰੈਸ਼ਰ ਹਾਈ ਹੁੰਦਾ ਤੂੰ ਜਾਂ ਤਾਂ ਦਵਾਈ ਆਪਣੀ ਪੱਕੀ ਗੋਲੀ ਲਾ ਲੈ ਜਾਂ ਆਪਣਾ ਕਹਿੰਦੇ ਹੁੰਦੇ ਆ ਵੀ ਕੋਈ ਆਪਣੇ ਟੈਸਟ ਟੁਸਟ ਕਰਾ ਕੇ ਦੇਖ ਲੈ ਹੈ ਨਾ ਖੂਨ ਦੇ। ਅਤੇ ਵੀਰਾ ਕਹਿੰਦਾ ਲੈ ਲੈ ਕੁਛ ਨਹੀਂ ਹੁੰਦਾ ਕਿਉਂਕਿ ਸਿਹਤ ਪੱਖੋਂ ਬਹੁਤ ਵਧੀਆ ਸੀਗੇ ਅਤੇ ਉਹਨਾਂ ਨੂੰ ਐਂ ਤਾਂ ਵੀ ਚਲੋ ਸਭ ਤੋਂ ਮੇਨ ਚੀਜ਼ ਆ ਸਾਡੀ ਕੋਲ ਵੀ ਜੇ ਮੈਂ ਦਵਾਈ ਲੈਣ ਚਲੇ ਗਿਆ ਮੇਰਾ ਪਿੱਛੇ ਆਹ ਕੰਮ ਰਹਿ ਜਾਣਾ। ਪਰ ਕਰੀਏ ਕੀ ਅਸੀਂ ਅਸੀਂ ਦਵਾਈਆਂ 'ਤੇ ਹੀ ਡਿਪੈਂਡ ਹੋ ਕੇ ਰਹਿ ਗਏ। ਜਾਣੇ ਵਾਲਾ ਤਾਂ ਸਾਨੂੰ ਛੱਡ ਕੇ ਚਲੇ ਜਾਂਦਾ ਹੈ ਪਰ ਪਿਛਲਿਆਂ ਦਾ ਕੋਈ ਹਾਲ ਨਹੀਂ। ਜਿਹੜੇ ਬੱਚੇ ਆ ਉਹਨਾਂ ਦੀ ਆਹ ਉਮਰ ਸੈਟਲ ਹੋਣ ਦੀ ਹੁੰਦੀ ਹੈ ਨਾ ਕਿ ਘਰ ਦੀਆਂ ਚਿੰਤਾ ਲਈ। ਬਈ ਸੋਈ ਗੱਲਾਂ ਨੇ ਅਸੀਂ ਜਿਹੜਾ ਸਾਡੇ ਸਿਰ 'ਤੇ ਦੁੱਖ ਪੈ ਗਿਆ ਅਸੀਂ ਘਰ ਪਰਿਵਾਰ 'ਚ ਹੀ ਕੁਛ ਜੀਆਂ ਨੇ ਕੱਟਣਾ ਹੁੰਦਾ। ਰਿਸ਼ਤੇਦਾਰ ਵੀ ਕਿੰਨਾ ਕੁ ਸਾਡੇ ਆਜੂ ਪਿੰਡ ਦੇ ਵੀ ਸਾਡੇ ਕਿੰਨਾ ਕੁ ਆ ਜਾਣਗੇ ਕਿਸੇ ਕੋਲ ਕਿਸੇ ਲਈ ਤਾਂ ਕੋਈ ਟਾਈਮ ਨਹੀਂ ਹੈਗਾ। ਪਰ ਮੈਂ ਫਿਰ ਮੇਨ ਗੱਲ ਇਹ ਕਹਿੰਦੀ ਹਾਂ ਬਈ ਮੇਰੇ ਵੀਰ ਮੇਰੀਆਂ ਭੈਣਾਂ ਤੁਸੀਂ ਆਪਣੇ ਸਰੀਰਾਂ ਦੀ ਪੂਰੀ ਸੰਭਾਲ ਰੱਖਿਆ ਕਰੋ। ਘੌਲ ਨਹੀਂ ਕਰਨੀ ਵੀ ਨਹੀਂ ਕੋਈ ਨਹੀਂ ਸਰਦਾ ਸਰਦਾ ਤਾਂ ਵੀਰੇ ਜਿਹੜਾ ਇਹ ਕੰਮ ਹੈ ਨਾ ਬਲੱਡ ਪ੍ਰੈਸ਼ਰ ਹਾਈ ਦਾ ਜਾਂ ਲੋਅ ਦਾ ਜਾਂ ਸਾਡੇ ਖੂਨ ਗਾੜੇ ਦਾ ਕੋਲੈਸਟਰੋਲ ਦਾ ਇਹ ਚੰਦਰਾ ਐਸਾ ਹੈ ਕਈ ਵਾਰ ਸਾਨੂੰ ਹਾਏ ਵੀ ਨਹੀਂ ਕਹਿਣ ਦਿੰਦਾ। ਸਾਰੀ ਨਾ ਪੱਟੀ ਮੇਸ ਆਪਾਂ ਘੌਲ 'ਚ ਕਰ ਲੈਂਦੇ ਹਾਂ। ਸਾਡਾ ਥੋੜ੍ਹੇ ਪੈਸਿਆਂ 'ਚ ਵੀ ਸਰ ਸਕਦਾ ਸਾਡਾ ਇੱਕ ਦੋ ਗੇੜੇ ਡਾਕਟਰ ਦੇ ਲਾ ਕੇ ਵੀ ਸਰ ਸਕਦਾ ਸਾਨੂੰ ਗੋਲੀ ਲੱਗ ਜੂ ਹੋਰ ਕੀ ਕਰ ਸਕਦੇ ਹਾਂ ਅਸੀਂ ਕੀ ਕਰੀਏ ਅਸੀਂ ਰਹੇ ਦਵਾਈਆਂ ਜੋਗੇ ਰਹੇ ਅਸੀਂ ਜਿੰਨੀਆਂ ਕੁ ਰਹੋ ਸਪਰੇਹਾਂ ਕਰਕੇ ਖਾਂਦੇ ਹਾਂ ਉਨਾ ਕੁ ਅਸੀਂ ਦੂਏ ਪਾਸੇ ਦਵਾਈਆਂ ਖਾਂਦੇ ਸਾਡੇ ਸਰੀਰ ਨੂੰ ਵੀ ਦਵਾਈਆਂ ਲੱਗ ਗਈਆਂ। ਪਰ ਇਹ ਦੁੱਖ ਇਹ ਸਿਰੋਂ ਉੱਚੇ ਆ ਇਹ ਝੇਲਣੇ ਬਹੁਤ ਔਖੇ ਆ ਮਾਪਿਆਂ ਲਈ ਜੀਵਨ ਸਾਥੀ ਲਈ ਬੱਚਿਆਂ ਲਈ ਬਹੁਤ ਔਖਾ ਹੈ। ਫਿਰ ਉਹ ਕਹਿੰਦੇ ਹੁੰਦੇ ਨੇ ਨਾ ਵੀ ਇੱਕ ਪੀੜ੍ਹੀ ਦੀ ਤਾਂ ਜ਼ਿੰਦਗੀ ਉਹ ਬਰਬਾਦ ਹੋ ਜਾਂਦੀ ਹੈ ਜਦੋਂ ਸਾਡਾ ਮਾਂ ਬਾਪ ਸਾਨੂੰ ਬੇਟਾਇਮਾ ਛੱਡ ਕੇ ਚਲੇ ਜਾਂਦਾ ਹੈ। ਨਾ ਤਾਂ ਲੋਡ ਪੈ ਜਾਂਦਾ ਬੱਚਿਆਂ ਤੇ ਸਾਰਾ ਲੋਡ ਬੱਚਿਆਂ ਤੇ ਪੈ ਜਾਂਦਾ ਜੀਵਨ ਸਾਥੀ ਤੇ ਪੈ ਜਾਂਦਾ ਜੀ ਬੱਚੇ ਗੱਲਾਂ ਤਾਂ ਕਰਦੇ ਆ ਸਾਡੇ ਤੇ ਹੰਡੀਆਂ ਹੋਈਆਂ ਸਾਡੇ ਤੇ ਅਸੀਂ ਬਤਾਈਆਂ ਹੋਈਆਂ ਆਪਣੇ ਤੇ ਕੱਢੀਆਂ ਹੋਈਆਂ ਮਤਲਬ ਲੈ ਲਓ ਤੁਸੀਂ ਰਵਾਜੇ ਬੱਚੇ ਤਾਂ ਫਿਰ ਵੀ ਅਡਾਰ ਨੇ ਸਾਡੀ ਤਾਂ ਜਿਵੇਂ ਕਹਿੰਦਾ ਮੇਰੀ ਤਾਂ ਉਮਰ ਉਸ ਨੂੰ 17-18 ਸਾਲ ਜਦ ਮਤਲਬ ਮਾਂ ਬਾਪ ਛੱਡ ਕੇ ਚਲੇ ਗਏ ਆ ਉਹ ਇੱਕ ਬੰਦੇ ਨੂੰ ਪਤਾ ਹੁੰਦਾ ਵੀ ਮੇਰਾ ਜੀਵਨ ਕਿਵੇਂ ਲੰਘਿਆ ਠੀਕ ਆ ਨਾ ਸੰਘਰਸ਼ ਹੋ ਜਾਂਦਾ ਬਹੁਤ। ਚਲੋ ਅੱਜ ਦੇ ਬੱਚੇ ਪੜ੍ਹੇ ਲਿਖੇ ਆ ਸਮਝਦਾਰ ਨੇ ਠੀਕ ਨਹੀਂ ਪਰ ਦੇਖੋ ਮੈਂ ਤਾਂ ਇਹੀ ਕਹੂੰਗੀ ਵੀ ਸਾਡੇ ਸਾਰੇ ਘਰ ਦਾ ਢਾਂਚਾ ਹਿੱਲ ਜਾਂਦਾ ਜਾਂ ਘਰ ਦਾ ਮੇਨ ਕਮਾਊ ਚਲੇ ਜਾਵੇ ਠੀਕ ਆ ਜੀ ਤੁਹਾਨੂੰ ਪਤਾ ਇੱਕ ਬੰਦੇ ਦਾ ਜਾ ਚੇਤੇ ਵੀ ਨਹੀਂ ਹੁੰਦਾ ਠੀਕ ਨਹੀਂ 1 ਲੱਖ ਤੇ ਸਾਰਾ ਕੁਝ ਹੋਣਾ ਮਾੜਾ ਜਿਹਾ ਢਿੱਲਾ ਹੋਣਾ ਆਪਣੀ ਜਿੰਨੀ ਡਾਕਟਰ ਦੀ ਸਮਝ ਹੁੰਦੀ ਆਪਣੀ ਉਹਦੀ ਪ੍ਰੈਕਟਿਸ ਕਰਾ ਕੇ ਦੇਖਿਓ ਕਹਿੰਦਾ ਵੀ ਇਹਨੂੰ ਤੁਸੀਂ ਚੱਕ ਕੇ ਚੰਡੀਗੜ੍ਹ ਲੈ ਜਾਓ ਚਾਹੇ ਆਪਣੇ ਕਿਸੇ ਬੜੇ ਹਸਪਤਾਲ ਲੈ ਜਾਓ ਇਲਾਜ 'ਚ ਕੋਈ ਕਮੀ ਨਹੀਂ ਜਿਵੇਂ ਕਹਿੰਦਾ ਪਰਮਾਤਮਾ ਨੇ ਜਿੰਨੇ ਸਾਹ ਲਿਖੇ ਆ ਉੱਥੇ ਦੇਖੋ ਜੀ ਸਰਦਾਰ ਜੀ ਆਪਾਂ ਅਖੀਰ ਨੂੰ ਆ ਕੇ ਇਹ ਦੋ ਗੱਲਾਂ ਕਹਿ ਕੇ ਆਪਾਂ ਆਪਣਾ ਮਨ ਨੂੰ ਧਰਵਾਸਾ ਦੇ ਲੈਂਦੇ ਹਾਂ ਵੀ ਜਿੰਨੀ ਸਾਡੀ ਲਿਖੀ ਤੀ ਮੰਨਦੇ ਹਾਂ ਵੀ ਜਿੰਨੀ ਲਿਖੀ ਤੀ ਉਹ ਤੋਂ ਇੱਕ ਸਵਾਸ ਅਸੀਂ ਵੱਧ ਨਹੀਂ ਲੈ ਸਕਦੇ ਪਰ ਕਿਤੇ ਨਾ ਕਿਤੇ ਅਸੀਂ ਵੀ ਘੌਲ ਕਰ ਜਾਂਦੇ ਹਾਂ ਇਹ ਨਹੀਂ ਕਰਨੀ ਜਿੰਨੇ ਜੋਗੇ ਅਸੀਂ ਹੈਗੇ ਹਾਂ ਆਪਣੇ ਆਪ ਲਈ ਕਰ ਸਕਦੇ ਹਾਂ ਤਾਂ ਜ਼ਰੂਰ ਕਰੋ ਠੀਕ ਹੈ। ਅਸੀਂ ਬਾਅਦ 'ਚੋਂ ਫਿਰ ਪਛਤਾਉਂਦੇ ਹਾਂ ਸਾਡਾ ਪਰਿਵਾਰ ਵੀ ਪਛਤਾਉਂਦਾ ਹੈ ਵੀ ਹਾਏ ਜਦ ਇੰਨੀ ਕੁ ਤਕਲੀਫ ਹੋਈ ਤੀ ਅਸੀਂ ਜਦੇ ਦਿਖਾ ਲੈਂਦੇ ਖਬਰ ਆ ਨੌਬਤ ਨਾ ਆਉਂਦੀ ਫਿਰ ਪਛਤਾਵੇ ਪੱਲੇ ਰਹਿ ਜਾਂਦੇ ਹਾਂ ਸਾਡੇ। ਦੇਖੋ ਜੀ ਜਿਹੜੀ ਹੋਣ ਹਾਰ ਹੈ ਉਹ ਕਦੇ ਨਹੀਂ ਟਲਦੀ ਭਾਵੇਂ ਉਹ ਜੋ ਮਰਜ਼ੀ ਆਨਾ ਬਹਾਨਾ ਪਰਮਾਤਮਾ ਲਵੇ ਉਹਨਾਂ ਨੇ ਆਪਾਂ ਜਾਂਦੇ ਕਿਸੇ ਬਹਾਨੇ ਨਾਲੇ ਹੈ ਕੋਈ ਬਹਾਨੇ ਤਾਂ ਗਿਆ ਨਹੀਂ ਹਾਂ ਭਾਵੇਂ ਕਿਸੇ ਨੂੰ ਕੋਈ ਪ੍ਰੋਬਲਮ ਆਵੇ ਪ੍ਰੋਬਲਮ ਦੇ ਨਾਲ ਹੀ ਸਾਨੂੰ ਮੌਤ ਆਉਂਦੀ ਹੈ ਪਰ ਫਿਰ ਵੀ ਜਿਉਂਦੇ ਜੀ ਜੇ ਸਾਨੂੰ ਕੋਈ ਪ੍ਰੋਬਲਮ ਹੈ ਤਾਂ ਉਸ ਪ੍ਰੋਬਲਮ ਦਾ ਹੱਲ ਜ਼ਰੂਰ ਕਰ ਲਿਆ ਕਰੋ ਕੰਮਾਂ ਕਾਰਾਂ 'ਚ ਅਲਝ ਕੇ ਸਰੀਰ ਨਾਲ ਖਿਲਵਾੜ ਨਾ ਕਰਿਆ ਕਰੋ ਕਹਿੰਦੇ ਹਾਂ ਵੀ ਸਰੀਰ ਨਾਲ ਧੱਕਾ ਨਾ ਕਰਿਆ ਕਰੋ ਠੀਕ ਹੈ ਜੀ।
चलो ठीक है जी, बस मन च गल्लां तियां, कल दा बहुत मन खराब होया होया। मैं कहा चलो गलबात करते हैं, बहुत वीर इदा दे हैं, बहुत भैन इदा दियाँ जिहड़ियां घोल कर जांदियां ने पर रिजल्ट फिर भयानक निकलते हैं। सोई गल्लां हसदे वसदे रहा करो, अपने परिवारां च सेहतां दा ध्यान रख्या करो। ठीक है जी, जो दवाई बूटी की लोड़ है अपनी टाइम नाल लै लिया करो, सुखी बसो। साड़ी तो यही अरदास है, सब अपने अपने घर अपने बच्चों अपने मापियां सुखी बसो। सत श्री अकाल जी।